ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਆਸ਼ਨਾ ਬੇਰੀ ਹੈ, ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਹਾਂ। ਅਤੇ ਮੇਰਾ 2014 ਵਿੱਚ ਟ੍ਰੇਨ ਐਕਸੀਡੈਂਟ ਹੋਇਆ ਸੀਗਾ ਅਤੇ ਉਹਦੇ ਵਿੱਚ ਮੈਨੂੰ ਬਹੁਤ ਸੱਟਾਂ ਲੱਗੀਆਂ ਸਨ। ਅਤੇ ਮੇਰਾ ਪਹਿਲਾਂ ਤਾਂ ਟ੍ਰੀਟਮੈਂਟ ਜਿਹੜਾ ਹੈਗਾ ਉਹ ਪਟਨਾ 'ਚ ਹੋਇਆ ਸੀਗਾ ਅਤੇ ਉੱਥੋਂ ਜਦੋਂ ਅਸੀਂ ਫਿਰੋਜ਼ਪੁਰ ਆ ਗਏ ਸੀਗੇ ਵਾਪਸ ਟ੍ਰੀਟਮੈਂਟ ਕਰਵਾ ਕੇ, ਅਤੇ ਉਸ ਤੋਂ ਬਾਅਦ ਵੀ ਮੈਨੂੰ ਕੁਛ ਮਤਲਬ ਮੁਸ਼ਕਿਲ ਆਉਂਦੀ ਸੀਗੀ ਤੁਰਨ ਵਿੱਚ ਵੀ। ਅਤੇ ਫਿਰ ਮੈਨੂੰ ਕਿਸੇ ਨੇ ਮਤਲਬ ਅਮਨਦੀਪ ਹੋਸਪਿਟਲ ਬਾਰੇ ਦੱਸਿਆ ਅਤੇ ਅਸੀਂ ਡਾਕਟਰ ਅਵਤਾਰ ਸਿੰਘ ਜੀ ਨੂੰ ਚੈੱਕ ਕਰਵਾਇਆ। ਉਹਨਾਂ ਦੀ ਇੱਥੇ OPD ਲੱਗਦੀ ਹੈ ਫਿਰੋਜ਼ਪੁਰ ਵਿੱਚ। ਅਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮਤਲਬ ਅਸੀਂ ਤੁਹਾਡਾ ਹਿਪ ਰਿਪਲੇਸਮੈਂਟ ਸਰਜਰੀ ਕਰਾਂਗੇ ਅਤੇ ਉਹਦੇ ਨਾਲ ਤੁਹਾਨੂੰ ਮਤਲਬ ਵਧੀਆ ਹੋ ਜਾਏਗਾ ਤੁਰਨ ਫਿਰਨ ਵਿੱਚ। ਅਤੇ ਫਿਰ ਅਸੀਂ ਅੰਮ੍ਰਿਤਸਰ ਗਏ ਸੀਗੇ, ਉੱਥੇ ਅਸੀਂ ਜਾ ਕੇ ਆਪਣਾ ਟ੍ਰੀਟਮੈਂਟ ਕਰਵਾਇਆ। ਉੱਥੇ ਮੇਰੀ ਹਿਪ ਰਿਪਲੇਸਮੈਂਟ ਸਰਜਰੀ ਕੀਤੀ ਉਹਨਾਂ ਨੇ। ਅਤੇ ਉਸ ਤੋਂ ਬਾਅਦ ਮੈਨੂੰ ਮਤਲਬ ਮੇਰੀ ਸਰਜਰੀ 2017 ਵਿੱਚ ਹੋਈ ਸੀਗੀ ਅਤੇ ਉਸ ਤੋਂ ਬਾਅਦ ਹੁਣ 2024 ਆਉਣ ਵਾਲਾ ਹੈ ਅਤੇ ਮੈਨੂੰ ਹੁਣ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਤੁਰਨ ਵਿੱਚ। ਮੈਂ ਸਾਰਾ ਕੁਛ ਕਰ ਲੈਂਦੀ ਹਾਂ, ਐਕਟਿਵਾ ਵੀ ਚਲਾ ਲੈਂਦੀ ਹਾਂ, ਕਾਰ ਵੀ ਚਲਾ ਲੈਂਦੀ ਹਾਂ। ਅਤੇ ਮੈਂ ਡਾਕਟਰ ਅਵਤਾਰ ਸਿੰਘ ਜੀ ਦਾ ਅਤੇ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਮਤਲਬ ਹੁਣ ਮੇਰੀ ਲਾਈਫ ਬਹੁਤ ਵਧੀਆ ਚੱਲਦੀ ਪਈ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੰਜੀਵ ਬੇਰੀ ਹੈ, ਮੈਂ ਫਿਰੋਜ਼ਪੁਰ ਦਾ ਰਹਿਣ ਵਾਲਾ। ਆਸ਼ਨਾ ਬੇਰੀ ਮੇਰੀ ਡਾਕਟਰ ਹੈ, ਉਹਨਾਂ ਦੇ ਇਲਾਜ ਵਾਸਤੇ ਮੈਂ ਡਾਕਟਰ ਅਵਤਾਰ ਸਿੰਘ ਜੀ ਦਾ ਅਤੇ ਉਹਨਾਂ ਦੀ ਪੂਰੀ ਟੀਮ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਮੇਰੀ ਬੇਟੀ ਨੂੰ ਇਸ ਲਾਇਕ ਬਣਾਇਆ ਕਿ ਉਹ ਹੁਣ ਆਪਣਾ ਜੀਵਨ ਬਹੁਤ ਅੱਛੀ ਤਰ੍ਹਾਂ ਜੀ ਰਹੀ ਹੈ। ਔਰ ਮੈਨੂੰ ਬਹੁਤ ਖੁਸ਼ੀ ਹੈ, ਪਰਮਾਤਮਾ ਉਹਨਾਂ ਨੂੰ ਸਦਾ ਲੰਬੀ ਉਮਰ ਦੇਵੇ, ਐਸਾ ਹੀ ਉਹ ਦੂਜਿਆਂ ਦਾ ਵੀ ਹੈਲਪ ਕਰਦੇ ਰਹਿਣ। ਆਮ ਤੌਰ 'ਤੇ ਲੋਕਾਂ ਦੇ ਦਿਮਾਗ ਵਿੱਚ ਇਹ ਧਾਰਨਾ ਹੈ ਕਿ ਜੇ ਛੋਟੀ ਉਮਰ ਦੇ ਵਿੱਚ ਚੂਲੇ ਖਰਾਬ ਹੋ ਜਾਣ ਤਾਂ ਉਹ ਬਦਲੇ ਨਹੀਂ ਜਾ ਸਕਦੇ। ਇਹ ਧਾਰਨਾ ਕਾਫੀ ਪੁਰਾਣੀ ਹੋ ਚੁੱਕੀ ਹੈ। ਹੁਣ ਲੇਟੈਸਟ ਚੂਲੇ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਆ ਚੁੱਕੇ ਨੇ ਕਿ ਜਿੰਨੀ ਮਰਜ਼ੀ ਉਮਰ ਘੱਟ ਹੋਵੇ ਉਹਨਾਂ ਦੇ ਵਿੱਚ ਇਹ ਚੂਲੇ ਜਿਹੜੇ ਨੇ ਉਹ ਬਦਲੇ ਜਾ ਸਕਦੇ ਨੇ। ਇਸੇ ਤਰ੍ਹਾਂ ਦਾ ਹੀ ਇੱਕ ਮਰੀਜ਼ ਫਿਰੋਜ਼ਪੁਰ ਤੋਂ, ਬੇਬੀ ਆਸ਼ਨਾ, ਬਹੁਤ ਪਿਆਰੀ ਬੱਚੀ ਜਿਹਨੂੰ ਕਿ ਬਹੁਤ ਜ਼ਿਆਦਾ ਸੀਰੀਅਸ ਚੋਟਾਂ ਲੱਗਣ ਤੋਂ ਬਾਅਦ ਉਹਦਾ ਚੂਲਾ ਖਰਾਬ ਹੋ ਗਿਆ ਸੀ। ਉਹਦਾ ਚੂਲਾ ਅਸੀਂ 2017 ਦੇ ਵਿੱਚ ਇਹ ਨਵੀਂ ਟੈਕਨੀਕ ਦੇ ਨਾਲ, ਸ਼ੋਰਟ ਸਟੈਮ ਇਹਨੂੰ ਚੂਲਾ ਕਿਹਾ ਜਾਂਦਾ, ਉਹ ਚੂਲਾ ਪਾਇਆ ਸੀ। ਔਰ ਉਹ ਅੱਜ ਇਸ ਚੂਲੇ ਨੂੰ 5-6 ਸਾਲ ਹੋ ਗਏ ਨੇ ਔਰ ਉਹ ਬੇਬੀ ਜਿਹੜੀ ਹੈ ਬਹੁਤ ਅੱਛੀ ਤਰ੍ਹਾਂ ਆਪਣੀ ਲਾਈਫ ਗੁਜ਼ਾਰ ਰਹੀ।